ਕਿ ਜਿਹੜੀ ਕਾਂਗਰਸ ਪਾਰਟੀ ਹੈ, ਮੈਂ ਸਮਝਦਾ ਕਿ ਜਿਹੜਾ ਉਹਨਾਂ ਨੇ ਸਟੈਂਡ ਲਿਆ ਪੰਜਾਬ ਦੀ ਕਾਂਗਰਸ ਪਾਰਟੀ ਨੇ ਹਾਈ ਕਮਾਂਡ ਤੋਂ ਅਲੱਗ ਹਟ ਕੇ, ਇਹ ਕਾਫੀ ਫਾਇਦੇਮੰਦ ਉਹਨਾਂ ਨੂੰ ਹੋਏਗਾ। ਇਸ ਸੈਂਸ 'ਚ ਕਿ ਵੀ ਜਿਹੜੀ ਕਾਂਗਰਸ ਦੀ ਰੀਜੋਵਨੇਸ਼ਨ ਹੈ, ਕਾਂਗਰਸ ਦੀ ਕੰਟੀਨਿਊਟੀ ਹੈ ਦੇਸ਼ ਦੀ ਰਾਜਨੀਤੀ 'ਚ, ਉਹ ਪੰਜਾਬ ਹੀ ਰਸਤਾ ਦਿਖਾਏਗਾ। ਔਰ ਇਹ ਤੁਹਾਨੂੰ ਇਲੈਕਸ਼ਨ ਦੇ ਰਿਜ਼ਲਟ ਤੋਂ ਬਾਅਦ ਪਤਾ ਵੀ ਲੱਗ ਜਾਏਗਾ ਕਿ ਜਿਹੜਾ ਰਸਤੇ 'ਤੇ ਪੰਜਾਬ ਦੀ ਕਾਂਗਰਸ ਪਾਰਟੀ ਨੇ ਜਿਹੜੀ ਪੁਜੀਸ਼ਨ ਲਈ ਆਪਣੀ ਹੋਂਦ ਨੂੰ ਰੱਖਣ ਲਈ ਔਰ ਇਕੱਲੇ ਇਲੈਕਸ਼ਨ ਲੜਨ ਲਈ, ਉਹਨੂੰ ਉਹਨਾਂ ਦਾ ਕਾਫੀ ਹੱਦ ਤੱਕ ਫਾਇਦਾ ਹੋਏਗਾ।